ਡিয়ার ਸਟੂਡੈਂਟਸ ਵੈਲਕਮ ਬੈਕ ਅੱਜ ਇਸ ਵੀਡੀਓ ਦੇ ਵਿੱਚ ਆਪਣਾ ਟੌਪਿਕ ਹੈ ਮੈਰਿਟਸ ਐਂਡ ਡੀਮੈਰਿਟਸ ਆਫ ਮੋਡ ਬੌਲਕ ਦੇ ਲਾਭ ਅਤੇ ਹਾਨੀਆਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਮੈਰਿਟਸ ਆਫ ਮੋਡ ਇਹਦੇ ਮੋਡ ਦੇ ਲਾਭ ਕਿਹੜੇ-ਕਿਹੜੇ ਨੇ ਫਰਸਟ ਹੈ ਈਜ਼ੀ ਟੂ ਕੈਲਕੂਲੇਟ ਮਾਪ ਕਰਨਾ ਆਸਾਨ ਇਹ ਜਿਹੜੀ ਸੈਂਟਰਲ ਟੈਂਡੈਂਸੀ ਹੈ ਕੇਂਦਰੀ ਪ੍ਰਵਿਰਤੀ ਹੈ ਉਹਦਾ ਇੱਕ ਬਹੁਤ ਹੀ ਸੌਖਾ ਜਿਹਾ ਮਾਪ ਹੈ ਨੈਕਸਟ ਹੈ ਈਜ਼ੀ ਟੂ ਕੈਲਕੂਲੇਟ ਇਨ ਓਪਨ ਐਂਡ ਸੀਰੀਜ਼ ਜਿਹੜੀ ਖੁੱਲ੍ਹੀ ਸ਼੍ਰੇਣੀ ਹੈ ਹੈ ਉਦੇ ਵਿੱਚ ਇਹਨੂੰ ਕੈਲਕੂਲੇਟ ਕਰਨਾ ਇਹਦੀ ਗਣਨਾ ਕਰਨਾ ਬਹੁਤ ਸੌਖਾ ਹੁੰਦਾ ਹੈ ਮੀਨ ਜਿਹੜੇ ਖੁੱਲੀ ਸ਼੍ਰੈਣੀयां ਓਪਨ ਐਂਡ ਸੀਰੀਜ਼ ਨੇ ਉਹਦੇ ਜਿਹਦਾ ਮੁੱਲ ਪਤਾ ਕਰਨਾ ਸੌਖਾ ਹੁੰਦਾ ਹੈ ਕਿਉਂਕਿ ਇਹ ਬਾਹਰੀ ਮੁੱਲਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ not affected by extreme values ਇਹ ਹੁਣੇ ਜਿਵੇਂ ਗੱਲ ਕੀਤੀ ਸੀ ਕਿ ਇਹ ਬਾਹਰੀ ਮੁੱਲਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ ਕਿਉਂਕਿ ਜਿਹੜਾ ਮੋਡ ਹੈ ਉਹ ਡਾਟੇ ਦੇ ਜਿਹੜੇ ਐਕਸਟ੍ਰੀਮਸ ਵੈਲਿਊਜ਼ ਨੇ ਉਹਦੇ ਉੱਪਰ ਆਧਾਰਿਤ ਨਹੀਂ ਹੁੰਦਾ ਤੇ ਨਹੀਂ ਉਹਨਾਂ ਮੁੱਲਾਂ ਦੇ ਵਿੱਚ ਜਿਹੜਾ ਬਦਲਾਅ ਆਉਂਦਾ ਏ ਉਹਦੇ ਨਾਲ ਇਹ ਬਦਲਦਾ ਏ অলਸੋ ਕੈਲਕੂਲੇਟਡ ਇਨ ਕਵਾਂਟਿਟੇਟਿਵ ਡਾਟ ਸੌਰੀ ਕੁਆਲੀਟੇਟਿਵ ਡਾਟਾ ਗੁਣਾਤਮਕ ਡਾਟੇ ਵਿੱਚ ਫਾਇਦੇਮੰਦ ਹੈ ਜੇਕਰ ਜੇਕਰ ਡਾਟਾ ਸਾਡੇ ਕੋਲ ਕੁਆਲੀਟੇਟਿਵ ਹੈ ਗੁਣਾਤਮਕ ਹੈ ਤਾਂ ਸਾਨੂੰ ਜਿਹੜਾ ਮੋਡ ਕਰਨਾ ਬਹੁਤ ਪਤਾ ਕਰਨਾ ਆਸਾਨ ਹੁੰਦਾ ਏ ਤੇ ਫਾਇਦੇਮੰਦ ਵੀ ਹੁੰਦਾ ਏ ਕਿਉਂਕਿ ਉਹਦੇ ਜਿਹੜੇ ਰਿਜ਼ਲਟਸ ਨੇ ਕੁਆਲੀਟੇਟਿਵ ਡਾਟੇ ਤੋਂ ਪਤਾ ਕਰਨੇ ਬਹੁਤ ਸੌਖੇ ਹੁੰਦੇ ਆ ਇਜ਼ੀ ਬਾਈ ਗ੍ਰਾਫੀਕਲ ਮੈਥਡ ਗ੍ਰਾਫ ਦੁਆਰਾ ਵੀ ਇਹਨੂੰ ਪਤਾ ਕਰਨਾ ਸੌਖਾ ਹੈ ਸਾਰੀ ਇਹ ਜਿਹੜੀਆਂ ਅਸੀਂ ਬ੍ਰਮਭਾਰਤਾ ਨੂੰ ਗੱਲ ਕਰਦੇ ਨੇ ਵੀ ਗਣਿਤ ਕਰਨਾ ਕੈਲਕੂਲੇਟ ਕਰਨਾ ਸੌਖਾ ਨਹੀਂ ਬਟ ਇਸ ਨੂੰ ਅਸੀਂ ਗ੍ਰਾਫ ਦੇ ਦੁਆਰਾ ਵੀ ਪਤਾ ਕਰ ਸਕਦੇ ਹਾਂ ਕਿਉਂਕਿ ਇਹ ਨਾਲ ਸਹੀ ਤਰੀਕੇ ਨਾਲ ਸਾਨੂੰ ਜਿਹੜਾ ਸਾਡਾ ਸਮਾ ਸੋਲਵ ਹੋ ਜਾਏਗਾ ਜੋ ਜਿਹੜੇ ਸਹੀ ਰਿਜ਼ਲਟਸ ਨੂੰ ਸਾਨੂੰ ਮਿਲਣਗੇ ਗ੍ਰਾਫ ਦੇ ਦੁਆਰਾ ਇਹਨੂੰ ਬਹੁਤ ਈਜ਼ੀਲੀ ਕੈਲਕੂਲੇਟ ਕੀਤਾ ਜਾ ਸਕਦਾ ਹੈ ਸਿੰਪਲ ਐਂਡ ਪਪੂਲਰ ਸਰਲ ਵੀ ਹੈ ਤੇ ਪਪੂਲਰ ਮੀਨਸ ਮਸ਼ਹੂਰ ਮੀਨਸ ਸਾਰੇ ਲੋਕ ਇਸ ਤੋਂ ਜਾਣਕਾਰ ਨੇ ਸਾਰੇ ਨੂੰ ਜਾਣਦੇ ਆ ਇਹ ਸੈਂਟਰਲ ਟੈਂਡੈਂਸੀ ਆ ਉਹਦਾ ਇੱਕ ਬਹੁਤ ਸਰਲ ਤਰੀਕਾ ਹੈ ਤੇ ਪਪੂਲਰ ਵੀ ਹੈ ਲੈਸ ਇਫੈਕਟ ਆਫ ਮਾਰਜਨਲ ਵੈਲਿਊਜ਼ ਜਿਹੜੇ ਸੀਮਾਤ ਮੁੱਲ ਨੇ ਉਹਦਾ ਪ੍ਰਭਾਵ ਇਹਦੇ ਉੱਪਰ ਘੱਟ ਹੁੰਦਾ ਹੈ ਦੂਸਰੀਆਂ ਵਿਧੀਆਂ ਦੇ ਕੰਪੈਰੀਟਿਵ ਮੋਡ ਦੇ ਵਿੱਚ ਜਿਹੜਾ ਜਿਹੜੇ ਮਾਰਜਨਲ ਵੈਲਿਊਜ਼ ਨੇ ਸੀਮਾਤ ਮੁੱਲ ਹੈ ਇਹਦਾ ਬਹੁਤ ਘੱਟ ਇਫੈਕਟ ਪੈਂਦਾ ਹੈ ਬੈਸਟ ਰਿਪਰੈਜੈਂਟੇਸ਼ਨ ਵਧੀਆ ਪ੍ਰਦਰਸ਼ਿਤ ਕਰਦਾ ਹੈ ਆਪਣੇ ਆਪ ਨੂੰ ਸਭ ਤੋਂ ਵਧੀਆ ਦੇ ਵਿੱਚ ਮਦਾਂ ਹੋਣ ਕਰਕੇ ਇਹ ਡਾਟੇ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਰਿਪਰੈਜੈਂਟ ਕਰਦਾ ਹੈ ਇਸ ਕਰਕੇ ਇਹ ਬੈਸਟ ਮੈਥਡ ਹੈ ਮੋਸਟ ਮਾਡਰਨ ਇੰਡੈਕਸ ਆਧੁਨਿਕ ਸਾਧਨ ਆਧੁਨਿਕ ਜਿਹੜੀ ਅਸੀਂ ਇਕਨੋਮਿਕਸ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਤੇ ਇੱਕ ਜਿਹੜਾ ਵਣਜੀ ਖੇਤਰ ਹੈ ਕਾਮਰਸ ਹੈ ਉਹਦੇ ਵਿੱਚ ਮੋਡ ਇੱਕ ਜਿਹੜਾ ਆਧੁਨਿਕ ਸਾਧਨ ਹੈ ਇੱਕ ਮਾਡਰਨ ਇੰਡੈਕਸ ਦੇ ਰੂਪ ਦੇ ਵਿੱਚ ਇਹਨੂੰ ਵਰਤਿਆ ਜਾਂਦਾ ਹੈ 유ਸਫੁਲ ਫਾਰ ਸਕੁਇਡ ਡਾਟਾ ਇਹ ਜਿਹੜਾ ਗੈਰ ਨਾਰਮਲ ਡਾਟਾ ਹੁੰਦਾ ਹੈ ਮੀਨਸ ਨਾਰਮਲ ਨਹੀਂ ਹੁੰਦਾ ਉਹਦੇ ਵਿੱਚ ਹੀ ਫਾਇਦਾ ਹੈ ਇਹ ਮੁੱਲ ਨੂੰ ਪਟਕਾਉਂਦਾ ਨਹੀਂ ਇਸ ਕਰਕੇ ਇਹ ਜਿਹੜਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਨਾਰਮਲ ਡਾਟਾ ਨਹੀਂ ਹੈ ਉਹਦੇ ਵਿੱਚ ਵੀ ਇਹ ਸਹੀ ਤਰੀਕੇ ਨਾਲ ਅਸੀਂ ਜਿਹੜਾ ਮੋਡ ਦੁਆਰਾ ਆਪਣਾ ਉਹ ਫਾਰਮੂਲਾ ਲਗਾ ਕੇ ਵਧੀਆ ਤਰੀਕੇ ਨਾਲ ਜਿਹੜੀ ਕੈਲਕੂਲੇਸ਼ਨ ਆ ਉਹ ਕਰ ਸਕਦਾ ਹੈ ਮੀਨ ਜਿਹਦੇ ਉੱਪਰ ਜਿਹੜੇ ਗੈਰ ਨਾਰਮਲ ਡਾਟਾ ਹੈ ਉਹਦੇ ਵਿੱਚ ਵੀ ਇਹ ਫਾਇਦੇਮੰਦ ਹੈ ਕਿਉਂਕਿ ਕੋਈ ਜਿਹੜੀਆਂ ਚੇਂजेस ਨੇ ਬਹੁਤੀਆਂ ਇਹਦੇ ਵਿੱਚ ਉਹਦੇ ਅਕੋਰਡਿੰਗ ਨਹੀਂ ਆਉਣਗੀਆਂ ਨਾਓ ਡੀਮੈਰਿਟਸ ਆਫ ਮੋਡ ਬਹੁਲਕ ਦੀਆਂ ਹਾਨੀਆਂ ਨਾਟ ਯੂਸਫੁਲ ਫਾਰ ਅਲਜਬ੍ਰਿਕ ਟ੍ਰੀਟਮੈਂਟ ਗਣਨਾ ਯੋਗ ਨਹੀਂ ਹੈ ਇਹ ਸਥਾਨਕ ਮਾਪ ਹੋਣ ਦੇ ਕਾਰਨ ਜਿਹੜਾ ਮੋੜ ਆ ਉਹਦੀ ਵਰਤੋਂ ਤੇ ਅੱਗੇ ਗਣਨਾ ਕਰਨ ਵਾਸਤੇ ਇਹ ਸਹੀ ਤਰੀਕੇ ਨਾਲ ਨਹੀਂ ਇਹਦੀ ਵਰਤੋਂ ਕੀਤੀ ਜਾ ਸਕਦੀ ਨਾਟ ਰਿਜਿਡਲੀ ਡਿਫਾਈਨਡ ਇਹਨੂੰ ਕਠੋਰਤਾ ਨਾਲ ਪਰਿਭਾਸ਼ਿਤ ਨਹੀਂ ਕੀਤਾ ਗਿਆ ਇਹਨੂੰ ਪਤਾ ਕਰਨ ਦੇ ਲਈ ਜਿਹੜੇ ਫਾਰਮੂਲੇ ਨੇ ਅਲੱਗ-ਅਲੱਗ ਉਹ ਲਗਾਏ ਜਾਂਦੇ ਨੇ ਮੀਨ ਜੇ ਨੂੰ ਸਹੀ ਡਿਫਾਈਨ ਨਹੀਂ ਕੀਤਾ ਗਿਆ ਜਿਹਦੇ ਵਿੱਚ ਅਸੀਂ ਕਹਿੰਦੇ ਵੀ ਬਹੁਤੇ ਰੂਲਸ ਐਂਡ ਰੈਗੂਲੇਸ਼ਨਸ ਨੇ ਜਿਨ੍ਹਾਂ ਨੂੰ ਫਾਲੋ ਕਰਨਾ ਜ਼ਰੂਰੀ ਹੁੰਦਾ ਹੈ undefined ਅਪਰਵਾਸ਼ਿਤ ਕਈ ਸੀਰੀਜ਼ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਡਿਫਾਈਨ ਨਹੀਂ ਕੀਤਾ ਗਿਆ not based on all the items ਸਾਰੀਆਂ ਇਕਾਈਆਂ ਤੇ ਆਧਾਰਿਤ ਨਹੀਂ ਜਿਹੜਾ ਮੋਡ ਹੈ ਇਹ ਸਾਰੀਆਂ ਇਕਾਈਆਂ ਤੇ ਆਧਾਰਿਤ ਨਾ ਹੋਣ ਕਰਕੇ ਜਿਹੜੀ ਸਾਡੇ ਸਾਹਮਣੇ ਸਹੀ ਪਿਕਚਰ ਹੈ ਉਹ ਪੇਸ਼ ਨਹੀਂ ਕਰਦਾ ਮੈਥਮੈਟਿਕਲ ਪ੍ਰੋਪਰਟੀ ਗਣਿਤਿਕ ਸੰਪਤੀ ਜਿਹੜਾ ਮੋਡ ਹੈ ਉਹ ਮੈਥਮੈਟਿਕਲ ਪ੍ਰੋਪਰਟੀ ਦੀਆਂ ਜਿਹੜੀਆਂ ਸਾਰੀਆਂ ਸ਼ਰਤਾਂ ਨੇ ਉਹਨਾਂ ਨੂੰ ਪੂਰਾ ਨਹੀਂ ਕਰਦਾ ਕੰਪਲੈਕਸ ਪ੍ਰੋਸੀਜਰ ਆਫ ਗਰੂਪਿੰਗ ਗਰੁੱਪ ਬਣਾਉਣੇ ਔਖੇ ਨੇ ਮੋਡ ਪਤਾ ਕਰਨ ਦੇ ਲਈ ਜਿਹੜੇ ਗਰੁੱਪ ਨੇ ਉਹ ਬਣਾਉਣਾ ਸਭ ਤੋਂ ਔਖਾ ਕੰਮ ਹੈ ਕਿਉਂਕਿ ਜੇਕਰ ਗਰੁੱਪਸ ਸਹੀ ਨਹੀਂ ਬਣਨਗੇ ਤਾਂ ਸਾਡਾ ਜਿਹੜਾ ਸਮ ਆ ਉਹ ਗਲਤ ਹੋ ਜਾਏਗਾ ਸਹੀ ਤਰੀਕੇ ਨਾਲ ਅਸੀਂ ਉਹਨੂੰ ਸੋਲਵ ਨਹੀਂ ਕਰ ਪਾਵਾਂਗੇ ਨੈਕਸਟ ਹੈ ਡਿਫਿਕਲਟ ਔਖਾ ਮੋਡ ਦੀ ਜਿਹੜੀ ਗਣਨਾ ਕਰਨਾ ਮੁਸ਼ਕਿਲ ਕੰਮ ਵੀ ਹੈ ਕਿਉਂਕਿ ਕਈ ਵਾਰ ਜੇਕਰ ਜਿਹੜਾ ਫਾਰਮੂਲਾ ਉਹ ਸਹੀ ਤਰੀਕੇ ਨਾਲ ਨਾ ਲੱਗੇ ਜਾਂ ਜਿਹੜੀ ਗਣਨਾ ਸਹੀ ਤਰੀਕੇ ਨਾਲ ਨਾ ਹੋਵੇ ਤਾਂ ਜਿਹੜਾ ਸਾਡਾ ਡਾਟਾ ਕਲੈਕਟ ਕੀਤਾ ਹੋਇਆ ਉਹਦੇ ਅਕੋਰਡਿੰਗ ਸਾਨੂੰ ਜਿਹੜੀ ਸਹੀ ਇਨਫੋਰਮੇਸ਼ਨ ਆ ਪ੍ਰਾਪਤ ਨਹੀਂ ਹੋਏਗੀ ਅਨਸਰਟਨ ਐਂਡ ਵੇਗ ਇਹ ਅਨਿਸ਼ਚਿਤ ਜਿਹੜਾ ਮੋਡ ਹੈ ਕਠੋਰਤਾ ਨਾਲ ਪਰਿਭਾਸ਼ਿਤ ਨਾ ਹੋਣ ਕਰਕੇ ਅਨਿਸ਼ਚਿਤ ਵੀ ਹੈ ਡਿਫਿਕਲਟ ਮੁਸ਼ਕਿਲ ਵੀ ਹੈ ਮੋੜ ਦੀ ਜਿਹੜੀ ਗਣਨਾ ਕਰਨੀ ਸੌਰੀ ਦੁਬਾਰਾ ਰਿਪੀਟ ਹੋ ਗਿਆ ਵਰਡ ਸੈਕਿੰਡ ਟਾਈਮ ਲਿਖਿਆ ਗਿਆ ਲੈਸ ਯੂਜ਼ ਇਹਦੀ ਜਿਹੜੀ ਵਰਤੋਂ ਬਹੁਤ ਘੱਟ ਹੁੰਦੀ ਹੈ ਕਿਉਂਕਿ ਸਾਰੇ ਜਿੰਨੇ ਵੀ ਸਾਡੇ ਕੋਲ ਕਿਸੇ ਵੀ ਤਰ੍ਹਾਂ ਦਾ ਡਾਟਾ ਹੁੰਦਾ ਸੀ ਸਾਰਿਆਂ ਦੇ ਉੱਪਰ ਜਿਹੜਾ ਮੋਡ ਹੈ ਇਸ ਵਿਧੀ ਦੀ ਵਰਤੋਂ ਨਹੀਂ ਕਰ ਸਕਦੇ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਥੈਂਕਸ ਫॉर ਵਾਚਿੰਗ